ਅੱਜ ਰਾਮਨੌਮੀ ਦੇ ਮੌਕੇ 'ਤੇ ਸ਼੍ਰੀ ਬਗਲਾ ਮੁਖੀ ਧਾਮ ਦੇ ਮਹੰਤ ਪ੍ਰਵੀਨ ਚੌਧਰੀ ਜੀ ਨੇ ਮਹਾਂਦੇਵ ਮੰਦਰ ਪਾਇਲ ਦੇ ਵਿੱਚ ਜਾ ਕੇ ਮੂਰਤੀ ਸਥਾਪਨਾ ਦੇ ਵਿੱਚ ਹਿੱਸਾ ਲਿਆ ਅਤੇ ਉੱਥੇ ਹਵਨ ਯੱਗ ਵੀ ਕੀਤਾ। ਸ਼੍ਰੀ ਪ੍ਰਵੀਨ ਚੌਧਰੀ ਜੀ ਨੇ ਮੰਦਰ ਦੀ ਕਮੇਟੀ ਦੀ ਮੰਦਰ ਨੂੰ ਇੰਨਾ ਸੁੰਦਰ ਬਣਾਉਣ ਲਈ ਸ਼ਲਾਘਾ ਵੀ ਕੀਤੀ। ਸ਼੍ਰੀ ਪ੍ਰਵੀਨ ਚੌਧਰੀ ਜੀ ਨੇ ਮੰਦਰ ਦੇ ਵਿੱਚ ਵਧੀਆ ਤਰੀਕੇ ਦੇ ਨਾਲ ਠੀਕ ਕੀਤੇ ਗਏ ਤਲਾਬ ਦਾ ਵੀ ਨਿਰੀਖਣ ਕੀਤਾ। ਸਰ ਇਹ ਇੱਕ ਪ੍ਰਯਤਨ ਸ਼ੁਰੂ ਕੀਤਾ ਸੀਗਾ ਖਾਰਾ ਸਾਹਿਬ ਨੇ, ਇਹਦੇ ਮਨ ਦੇ ਵਿੱਚ ਪ੍ਰਭੂ ਦੀ ਮਹਾਦੇਵ ਦੀ ਕਿਰਪਾ ਹੋਈ, ਜਾ ਪਰ ਕਿਰਪਾ ਰਾਮ ਦੀ ਹੋਈ ਤਾਂ ਪਰ ਕਿਰਪਾ ਕਰੇ ਸਭ ਕੋਈ। ਇਹ ਜੰਗਲ 'ਚ ਜਿਹੜਾ ਮੰਗਲ ਲਾਭਤਾ ਇਹ ਖਾਰਾ ਸਾਹਿਬ ਦੀ ਕਿਰਪਾ ਦੇ ਨਾਲ ਅਤੇ ਇਹਨਾਂ ਦੇ ਸਾਥੀਆਂ ਦੇ ਨਾਲ ਲੱਗਿਆ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਨਹੀਂ, ਤੁਸੀਂ ਵੀ ਬਹੁਤ ਪ੍ਰਯਤਨ ਕੀਤੇ, ਬਹੁਤ ਜਨਤਾ ਪਹੁੰਚੀ ਅੱਜ ਬਗਲਾ ਮੁਖੀ ਧਾਮ 'ਤੇ, ਬਹੁਤ ਹੀ ਉੱਥੇ ਤੁਸੀਂ ਵੀ ਜੰਗਲ 'ਚ ਮੰਗਲ ਲਾਇਆ, ਲੇਕਿਨ ਖਾਰਾ ਸਾਹਿਬ ਨੇ ਵੀ ਇੱਥੇ ਪਾਇਲ ਦੇ ਮਹਾਂਦੇਵ ਮੰਦਰ ਦੇ ਵਿੱਚ ਜਿੱਥੇ ਇੱਕ ਜੰਗਲ ਸੀਗਾ, ਅੱਜ ਮੰਗਲ ਦੀ ਸਥਿਤੀ ਹੋ ਰਹੀ ਆ। ਲੋਕੀ ਮੰਦਰ ਨੂੰ ਪੂਜਣ ਦੇ ਲਈ ਨਹੀਂ, ਮੰਦਰ ਨੂੰ ਦੇਖਣ ਦੇ ਲਈ ਵੀ ਆ ਰਹੇ ਆ ਅੱਜ। ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ? ਠੀਕ ਹੈ ਜੀ। ਜਦੋਂ ਇਹਨਾਂ ਨੇ ਸੰਕਲਪ ਲਿਆ ਇੱਕ ਸ਼ਿਵ ਧਾਮ ਦਾ ਪਾਇਲ ਦਾ, ਔਰ ਉਸਦੀ ਉਸ ਟਾਈਮ ਦੀ ਵਿਵਸਥਾ ਜਾਂ ਅਵਸਥਾ ਧਾਮ ਦੀ ਤੇ ਹੁਣ ਦੀ ਅਵਸਥਾ ਜਾਂ ਵਿਵਸਥਾ 'ਚ ਨਹੀਂ ਨਾ ਆਪਾਂ ਦਾ ਪ੍ਰਭੂ ਰਾਮ ਦੀ ਕਿਰਪਾ ਹੋਵੇ। ਅੱਜ ਰਾਮਨੌਮੀ ਦਾ ਅਵਸਰ ਆ, ਇਸ ਅਵਸਰ ਦੇ ਉੱਤੇ ਇੱਥੇ ਮੂਰਤੀ ਸਥਾਪਨਾ ਹੋ ਰਹੀ ਆ ਤੇ ਰਾਮ ਭਗਵਾਨ ਵੀ ਦੇਖਦੇ ਆ, ਮਹਾਂਦੇਵ ਵੀ ਦੇਖਦੇ ਆ ਕਿ ਇੰਜਨ ਕਿਹੜਾ ਲਾਉਣਾ। ਅੱਜ ਇੱਥੇ ਖਾਲਸਾ ਸਾਹਿਬ ਦਾ ਇੰਜਨ ਲੱਗਿਆ ਤੇ ਜੰਗਲ 'ਚ ਮੰਗਲ ਬਣ ਗਿਆ, ਉੱਥੇ ਤੁਹਾਡਾ ਇੰਜਨ ਲੱਗਿਆ ਪ੍ਰਵੀਨ ਚੌਧਰੀ ਜੀ ਦਾ,
ਤੇ ਬਗਲਾ ਮੁਖੀ ਧਾਮ ਵੀ ਅੱਜ ਹਜ਼ਾਰਾਂ ਲੋਕ ਹਰ ਦਿਨ ਉੱਥੇ ਜਾਂਦੇ ਆ। ਜੇ ਸੜਕ ਦੇ ਉੱਤੋਂ ਕੋਈ ਲੰਘਣੋ ਡਰਦਾ ਸੀਗਾ, ਅੱਜ ਉੱਥੇ ਜੰਗਲ 'ਚ ਮੰਗਲ ਲੱਗਿਆ ਪਿਆ। ਇਹ ਤੁਸੀਂ ਮੰਨਦੇ ਹੋ ਕਿ ਜਿੱਥੇ ਕਿਰਪਾ ਭਗਵਾਨ ਕਰਦਾ ਉੱਥੇ ਹੀ ਸਾਰਿਆਂ ਦੀ ਕਿਰਪਾ ਹੁੰਦੀ ਆ, ਉਹਦੇ ਨਾਲ ਹੀ ਸਾਥੀ ਜੁੜਦੇ ਆ। ਸਹੀ ਗੱਲ ਹੈ, ਦੇਖੋ ਪਰਮਾਤਮਾ ਇਨਸਾਨ ਨੂੰ ਚੁਣਦਾ। ਜੇ ਮੈਂ ਗੱਲ ਕਰਦਾ ਨਾ ਜ਼ਿੰਦਗੀ 'ਚ, ਸ਼ੇਰ ਪਾਲ ਲਓ, ਕੁੱਤਾ ਪਾਲ ਲਓ, ਹੱਥ ਬਹਿਮ ਨਾ ਪਾ। ਜਦੋਂ ਜੇ ਕਿਸੇ ਨੂੰ ਸੇਵਾ ਮਿਲੀ ਹੈ, ਮੈਂ ਸ਼ੁਕਰਗੁਜ਼ਾਰ ਹੁੰਦਾ ਵੀ ਮਹਾਰਾਜ ਨੇ ਸਾਨੂੰ ਸੁਣਿਆ, ਸਾਨੂੰ ਧਾਮ ਦੀ ਸੇਵਾ ਦਿੱਤੀ ਹੈ। ਬਿਲਕੁਲ ਇਹੀ ਗੱਲ ਨੂੰ ਖਹਿਰਾ ਜੀ ਨੂੰ ਯਾਦ ਹੈ ਨਹੀਂ ਹੈ, 20 ਸਾਲ ਪੁਰਾਣੀ ਮੈਂ ਗੱਲ ਕਰ ਰਿਹਾ। ਜਦੋਂ ਇਹਨਾਂ ਦੀ ਜਗ੍ਹਾ 'ਤੇ ਆਏ ਜਾਂਦੇ ਸੀ, ਆਉਂਦਾ ਹੀ ਕੋਈ, ਕਹਿੰਦੇ ਮੈਨੂੰ ਚੁਣਿਆ ਗਿਆ। ਉਦੋਂ ਬਹੁਤ ਵੱਡੀਆਂ ਵੱਡੀਆਂ ਝਾੜੀਆਂ, ਇੱਦਾਂ ਸਫਾਈ ਦਾ ਕੰਮ ਇੱਥੇ ਲੋਕਾਂ ਨੇ ਕਬਜ਼ੇ ਕੀਤੇ ਹੋਏ। ਬਹੁਤ ਘੱਟ ਲੋਕਾਂ ਨੂੰ ਪਤਾ ਹੁੰਦਾ ਵੀ ਮਗਰ ਜਿਹੜਾ ਬੰਦਾ ਕੰਮ ਕਰ ਰਿਹਾ ਵੀ ਮਿਹਨਤ ਕੀ ਹੈ। ਠੀਕ ਹੈ ਜੀ। ਉਹ ਸਾਰੀ ਚੀਜ਼ ਤਿਆਰ, ਬਿਲਡਿੰਗ ਤਿਆਰ ਹੋ ਕੇ, ਕਮਰਿਆਂ ਦੇ ਸੀ ਲੱਗ ਕੇ, ਹਰ ਬੰਦਾ ਆਪਣਾ ਅਧਿਕਾਰ ਕਹਿੰਦਾ ਜੀ ਮੈਂ ਕੀਤਾ। ਇਹ ਉਹ ਫਰਕ ਜਦੋਂ ਇੱਕ ਨੀਂਹ ਪੱਥਰ ਤੋਂ ਲੈ ਕੇ ਜਿਹੜਾ ਬੰਦਾ ਮਿਹਨਤ ਕਰਦਾ ਜਾਂ ਫਾਈਨੈਂਸ਼ੀਅਲੀ ਆਪਣਾ ਸਰੀਰ ਡਾਲਦਾ, ਪੈਸਾ ਲੈਂਦਾ, ਉਹ ਪੂਜਣ ਯੋਗ ਹੁੰਦਾ, ਚਾਹੇ ਉਹ ਸੰਤ ਦੇ ਭੇਖ 'ਚ ਹੈ ਜਾਂ ਨਹੀਂ ਹੈ। ਅੱਜ ਦੇ ਜ਼ਮਾਨੇ 'ਚ ਬਹੁਤ ਤਰ੍ਹਾਂ ਦੀ ਦੁਨੀਆ, ਦਿੱਕਤਾਂ ਕੀ ਹੈ, ਹੁੰਦਾ ਕੀ। ਇਸ ਲਈ ਹਮੇਸ਼ਾ ਮੈਂ ਮਹਾਰਾਣੀ ਦੀ ਚਰਨਾਂ ਦੇ ਕੇ ਇਹੀ ਅਰਦਾਸ ਕਰਦੀ ਹਾਂ, ਮੇਰੀ ਇਹ ਮਾਂ ਭਗਵਤੀ ਆਦਿ ਸ਼ਕਤੀ ਆਦਿ ਮਾਨੀ ਮਾਂ ਜਗਦੰਬਾ, ਇਹਨਾਂ ਨੂੰ ਲੰਬੀ ਆਯੂ, ਨਿਰੋਗੀ ਕਾਇਆ, ਦੋ ਚੀਜ਼ਾਂ ਦੇਖੋ, ਲੰਬੀ ਆਯੂ ਹੋਊਗੀ, ਨਿਰੋਗੀ ਕਾਇਆ ਹੋਏਗੀ, ਇਹ ਇਸ ਧਰਮ ਦੇ ਕਾਰਜ ਨੂੰ ਬਹੁਤ ਅੱਛੇ ਤਰੀਕੇ ਨਾਲ ਚਲਾ ਦੇਗੀ। ਪ੍ਰਵੀਨ ਜੀ, ਤੁਸੀਂ ਇਹ ਵੀ ਗੱਲ ਮੰਨਦੇ ਹੋ ਕਿ ਬਹੁਤ ਵੱਡਾ ਧੈਰਿਆ ਰੱਖਣਾ ਪੈਂਦਾ, ਲੋਕੀ ਥੋੜਾ ਜਿਹਾ ਕੰਮ ਕਰਕੇ ਬੜੀ ਜਲਦੀ ਥੱਕ ਜਾਂਦੇ ਆ, ਬੜੀ ਜਲਦੀ ਉਕਤਾ ਜਾਂਦੇ ਆ, ਬੜੀ ਜਲਦੀ ਨੁਕਸ ਕੱਢਣ ਲੱਗ ਪੈਂਦੇ ਆ, ਲੇਕਿਨ ਖਾਲਸਾ ਸਾਹਿਬ ਨੇ ਇੰਨਾ ਧੈਰਿਆ ਰੱਖਿਆ, ਇੰਨੀ ਸ਼ਾਂਤੀ ਰੱਖੀ, ਇੰਨਾ ਸਭ ਕੁਛ ਸਹਿ ਕੇ ਵੀ ਲੱਗੇ ਹੀ ਰਹੇ ਤੇ ਅੱਜ ਇਸ ਸਥਾਨ ਦੀ ਕਾਇਆ ਕਲਪ ਹੋ ਗਈ ਆ। 20 ਸਾਲ ਹੋ ਗਏ ਨਹੀਂ ਲੱਗੇ, ਮੈਨੂੰ 10 ਸਾਲ ਹੋ ਗਿਆ। ਠੀਕ ਹੈ ਜੀ। ਮੈਂ ਪੂਰਾ ਭਲੀ ਭਾਂਤੀ ਕਹਿ ਸਕਦਾ, ਜਿਹੜਾ ਬੰਦਾ ਅੱਗੇ ਲੱਗੇ ਉਹਨੂੰ ਕਿੰਨੀਆਂ ਤੋਂਕਾਂ ਦਾ ਸਾਹਮਣਾ ਕਰਨਾ ਪੈਂਦਾ। ਬਿਲਕੁਲ ਜੀ। ਉਹਨੂੰ ਕਿੰਨੀਆਂ ਕਿੰਨੀਆਂ ਗੱਲਾਂ ਸੁਣਨ ਦਾ ਸਾਹਮਣਾ ਕਰਨਾ ਪੈਂਦਾ। ਚਲੋ, ਜਿਹਨੇ ਡੱਕਾ ਨਹੀਂ ਤੋੜਿਆ ਹੁੰਦਾ ਉਹ ਅੱਗੇ ਲਿਆਉਣ ਜਾਂਦਾ ਜੀ, ਇੱਥੇ ਹਿਸਾਬ ਨਹੀਂ ਠੀਕ, ਇੱਥੇ ਦੀ ਮੈਨੇਜਮੈਂਟ ਨਹੀਂ ਠੀਕ, ਜਿਹਨੇ ਕਦੇ ਜ਼ਿੰਦਗੀ ਡੱਕਾ ਨਹੀਂ ਤੋੜਿਆ। ਚਲੋ, ਅੱਜ ਭਲੀ ਭਾਂਤੀ ਇਸ ਚੀਜ਼ ਨੂੰ ਬੜੀ ਤਰੀਕੇ ਨਾਲ, ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕੀਤੀ, ਮਾਂ ਆਦਿ ਸ਼ਕਤੀ ਆਦਿ ਮੁਨੀ ਮਾਂ ਜਗਦੰਬਾ ਜੀ, ਰਾਮ ਨੌਮੀ ਦੇ ਦਿਨ ਅਸੀਂ ਮਾਂ ਬਗਲਾ ਮੁਖੀ ਦਰਬਾਰ ਕੋਲੋਂ ਇਹੀ ਅਰਦਾਸ ਕਰਦੇ ਹਾਂ, ਕਹਿੰਦਾ ਜੀ ਲੰਬੀ ਆਯੂ, ਨਿਰੋਗੀ ਕਾਇਆ, ਔਰ ਵੱਧ ਸ਼ਕਤੀ, ਇੰਨੀ ਸ਼ਕਤੀ ਦੇ, ਇਹ ਵਿਕਟ ਵਿਖਿਆਤ ਸਥਾਨ ਹੈ, ਆਦਿ ਕਾਲ ਤੋਂ ਸਥਾਨ ਦੀ ਪਾਇਲ ਧਾਮ ਦੀ ਬੜੀ ਮਹੱਤਤਾ ਹੈ। ਤੁਸੀਂ ਦੇਖੋ ਜਦੋਂ ਬਹੁਤ ਸਾਲ ਪਹਿਲਾਂ ਵੀ ਆਇਆ ਕਰਦੇ, ਸਰੋਵਰ ਦੀ ਕੀ ਵਿਵਸਥਾ ਸੀ, ਅੱਜ ਇੱਕ ਐਸਾ ਸਰੋਵਰ ਜਿੱਥੇ ਲੋਕ ਆਪਣੇ ਆਪੇ ਕਸ਼ਟ ਕੱਟੇ ਜਾਂਦੇ ਨੇ, ਆਪੇ ਇਸ਼ਨਾਨ ਕਰਦੇ ਨੇ ਆ ਕੇ। ਦੇਖੋ ਬਹੁਤ ਆਦਿ ਕਾਲ ਤੋਂ ਸ਼ਿਵ ਤੇ ਸ਼ਕਤੀ ਦੀ ਆਰਾਧਨਾ ਕੀਤੀ ਗਈ, ਔਰ ਸ਼ਿਵ ਤੇ ਸ਼ਕਤੀ ਨੂੰ ਹੀ ਪੂਜਿਆ ਗਿਆ, ਔਰ ਸ਼ਿਵ ਦਾ ਇੱਕ ਐਸਾ ਸਥਾਨ ਹੈ ਜਿੱਥੇ ਹਜ਼ਾਰਾਂ ਸਾਲਾਂ ਤੋਂ ਤਪੱਸਿਆ ਹੁੰਦੀ ਆਈ ਹੈ, ਬੜੇ ਸਿੱਧ ਪੁਰਸ਼ ਸੰਤਾਂ ਨੇ ਸਮਾਧੀਆਂ ਲਈਆਂ ਨੇ, ਬੜਾ ਪੂਜਣ ਯੋਗ ਸਥਾਨ ਹੈ। ਔਰ ਬਹੁਤ ਮੈਂ ਕਈ ਵਾਰ ਕਰਦਾ ਵੀ ਸਾਡੇ ਸਨਾਤਨ ਧਰਮ ਦੀ ਇੱਕ ਵੱਡੀ ਸਾਡੀ ਕਹਿੰਦੇ ਵੀ ਇੱਕ ਵਿਰਾਸਤ ਨੂੰ ਸੰਭਾਲਣ ਦਾ ਕੰਮ ਖਹਿਰਾ ਸਾਹਿਬ ਕਰ ਰਹੇ ਨੇ, ਮਹਾਰਾਣੀ ਇਹਨਾਂ ਨੂੰ ਬਹੁਤ ਬਹੁਤ ਸ਼ਕਤੀ ਦੇਵੇ, ਮੇਰੀ ਮਾਂ ਆਦਿ ਸ਼ਕਤੀ ਆਦਿ ਮਾਂ ਦੀ ਮਾਂ ਜਗਦੰਬਾ ਕਿਰਪਾ ਬਣਾ ਕੇ ਰੱਖੇ ਸਭ ਤੇ। ਜੈ ਮਾਂ ਬਗਲਾ ਮੁਖੀ, ਜੈ ਮਾਂ ਬਗਲਾ ਮੁਖੀ। ਆਹ
ਦਿੱਤੀ ਹੈ ਇਹਦਾ ਕਰਨਾ ਚਾਹੀਦਾ। ਚੱਪਲ ਤੱਕ ਨੀ ਕੁਛ ਤਿਆਰ